ਨਾਭਾ ਜਿਲਵਰੇ ਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਵਿੱਕੀ ਕਾਉਂਟਰ ਦੀ ਪੁਲਿਸ ਮੁਕਾਬਲੇ ਦੇ ਵਿੱਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਰਾਜਸਥਾਨ ਪੰਜਾਬ ਬਾਰਡਰ ਦੇ ਪਿੰਡ ਪੰਜਾਵਾਂ ਦੇ ਵਿੱਚ ਉਸਦਾ ਪੁਲਿਸ ਦੇ ਨਾਲ ਮੁਕਾਬਲਾ ਹੋਇਆ ਸੀ, ਜਿਸ ਵਿੱਚ ਉਸਦੀ ਮੌਤ ਹੋ ਗਈ। ਇਸੇ ਦੌਰਾਨ ਉਸਦਾ ਸਾਥੀ ਪ੍ਰੇਮ ਲਾਹੌਰੀਆ ਵੀ ਮੁਕਾਬਲੇ ਦੇ ਵਿੱਚ ਮਾਰਿਆ ਗਿਆ। ਇਸ ਦੇ ਨਾਲ ਹੀ ਇੱਕ ਹੋਰ ਗੈਂਗਸਟਰ ਦੇ ਵੀ ਮਾਰੇ ਜਾਣ ਦੀ ਗੱਲ ਸਾਹਮਣੇ ਆਈ ਹੈ, ਪਰ ਉਸਦੇ ਨਾਂ ਦਾ ਖੁਲਾਸਾ ਹਾਲੇ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਇੱਕ ਹੋਰ ਗੈਂਗਸਟਰ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਪੰਜਾਬ ਦੇ DGP ਨੇ ਵਿੱਕੀ ਕਾਉਂਟਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿੱਕੀ ਕਾਉਂਟਰ ਦੇ ਮਾਰੇ ਜਾਣ ਉੱਤੇ ਪੰਜਾਬ ਪੁਲਿਸ ਨੂੰ ਸੋਸ਼ਲ ਨੈਟਵਰਕਿੰਗ ਦੇ ਜ਼ਰੀਏ ਮੁਬਾਰਕਬਾਦ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵਿੱਟਰ ਉੱਤੇ ਪੰਜਾਬ ਪੁਲਿਸ ਦੀ ਇਸ ਕਾਮਯਾਬੀ ਲਈ ਪੰਜਾਬ ਦੇ DGP ਸੁਰੇਸ਼ ਅਰੋੜਾ ਦੀ ਪਿੱਠ ਥਪਥਪਾਈ ਹੈ। ਵਿੱਕੀ ਕਾਉਂਟਰ ਉੱਤੇ 10 ਲੱਖ ਰੁਪਏ ਦਾ ਇਨਾਮ ਸੀ, ਜਦੋਂ ਕਿ ਪ੍ਰੇਮਾ ਲਾਹੌਰੀਆ ਉੱਤੇ 5 ਲੱਖ ਰੁਪਏ ਦਾ ਇਨਾਮ ਸੀ। ਨਾਭਾ ਜੇਲ੍ਹ ਤੋਂ ਫਰਾਰ ਹੋਣ ਮਗਰੋਂ ਵਿੱਕੀ ਕਾਉਂਟਰ ਪੂਰੀ ਸਰਗਰਮੀ ਨਾਲ ਉਸਦੀ ਤਲਾਸ਼ ਕਰ ਰਿਹਾ ਸੀ। ਪੁਲਿਸ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵਿੱਕੀ ਕਾਉਂਟਰ ਪਕੜ ਦੇ ਵਿੱਚ ਨਹੀਂ ਸੀ ਆ ਰਿਹਾ। ਸੋਸ਼ਲ ਮੀਡੀਆ ਉੱਤੇ ਵੀ ਵਿੱਕੀ ਕਾਉਂਟਰ ਲਗਾਤਾਰ ਸਰਗਰਮ ਰਹਿੰਦਾ ਸੀ। ਆਪਣੇ ਫੇਸਬੁੱਕ ਅਕਾਊਂਟ ਉੱਤੇ ਵਿੱਕੀ ਕਾਉਂਟਰ ਅੱਗੇ ਦੀ ਰਣਨੀਤੀ ਦੱਸਣ ਦੇ ਨਾਲ ਹੀ ਪੁਲਿਸ ਨੂੰ ਚੈਲੰਜ ਵੀ ਕਰਦਾ ਸੀ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਬੇਬੇ ਮੇਰਾ ਨੀ ਸੁਪਨਾ ਪੂਰਾ ਹੋਣਾ ਕੈਨੇਡਾ ਜਾਣ ਦਾ। ਸ਼ੁਭ ਸ਼ੁਭ ਬੋਲ, ਕੀ ਹੋਇਆ? 1 ਫਰਵਰੀ ਤੋਂ ਕੈਨੇਡਾ ਦੇ ਵਿੱਚ ਰੂਲ ਚੇਂਜ ਹੋ ਜਾਣੇ ਆ। 30 ਜਨਵਰੀ ਤੱਕ ਮੇਰੀ ਫਾਈਲ ਕਿੱਥੋਂ ਲੱਗ ਜੂ? ਲਾ ਦੇ ਫਿਰ ਫਾਈਲ ਫੂਲ ਆਪਣੀ, ਲੰਮੀਆਂ ਤਾਨ ਕੇ ਪੈ ਗਿਆ ਤੂੰ। ਓਹੋ ਬੇਬੇ, ਤੂੰ ਬਹੁਤ ਭੋਲੀ ਆ। ਕੈਨੇਡਾ ਜਾਣ ਲਈ ਪਹਿਲਾਂ ਕਾਲਜ 'ਚ ਦਾਖਲਾ ਲੈਣਾ ਪੈਂਦਾ ਤੇ ਮਈ ਇਨਟੇਕ ਤੱਕ ਕੋਈ ਸੀਟ ਖਾਲੀ ਨਹੀਂ ਹੈਗੀ। 50 ਏਜੰਟਾਂ ਕੋਲ ਧੱਕੇ ਖਾ ਕੇ ਆ ਗਿਆ ਮੈਂ। ਸ਼ਾਬਾਸ਼ ਤੇਰੇ ਪੜਾਕੂ ਦੇ, ਮੈਂ ਸਾਰਾ ਦਿਨ ਫੋਨ ਦੇਖਦਾ ਰਹਿੰਦਾ। ਆਹ ਅਖਬਾਰ ਪੜ੍ਹ, ਸਰੀ, ਟੋਰਾਂਟੋ, ਜਿੱਥੇ ਮਰਜ਼ੀ ਦਾਖਲਾ ਲੈ ਲੈ। ਬਿਨੈ ਹੈਰੀ ਕੋਲੇ ਹਰ ਸ਼ਹਿਰ ਦੀਆਂ ਸੀਟਾਂ ਨੇ ਮਈ ਤੱਕ। ਮੈਨੂੰ ਭੋਲੀ ਸਮਝਦਾ।